मनीले खालसा जवान डिप्टी ने इकट्ठिया की और अब बड़े लंबे समय बाद उन्होंने साहबजादे रिशपाल सिंह जी पाल उन्होंने श्रद्धा दे पाए ने उन्होंने पढ़ के नाल सुनाउणे ने। आओ संगत जी इत्थे ही कीर्तन की समाप्ति है। आओ आखिरी जो मर्यादा मैं जन तेरा सपुत्र सरदार विक्रमजीत सिंह जी चौधरी बेटी श्वेता चौधरी और उन्होंने पुत्रियां सुखमी सदा मेहरबाना सबना दे सरबत गुरुद्वार
ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵੇ ਆਪੋ ਆਪਣੀ ਕੋਈ ਨਾ ਬੰਦਾ ਧੀਰ। ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਸੇਵਕ ਸਤਿਕਾਰ ਜੋ ਆਪ ਜੀ ਨੇ ਆਪਣੇ ਸੇਵਕ ਨੂੰ ਜਿੰਨੀ ਸਵਾਸਾਂ ਦੇ ਪੁੰਜੇ ਬਖਸ਼ਿਸ਼ ਕੀਤੇ ਇਸ ਮਾਤਲੋਕ ਦੀ ਯਾਤਰਾ ਕੇ ਘੱਲੇ ਆਵੇ ਨਾਨਕਾ ਸੱਦੇ ਉੱਠੇ ਜਾਗਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਆਤਮਕ ਸ਼ਾਂਤੀ ਵਾ ਚੌਧਰੀ ਪੋਤਰੀਆਂ ਸੁਖਮਣੀ ਚੌਧਰੀ ਸਹਿਜ ਚੌਧਰੀ ਸਮੂਹ ਪਰਿਵਾਰ ਰਿਸ਼ਤੇਦਾਰ ਸਾਕ ਸੰਬੰਧੀਆਂ ਵੱਲੋਂ ਅਸੀਂ ਚੌਧਰੀ ਸੰਤੋਖ ਸਿੰਘ ਜੀ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਏ ਹਾਂ ਔਰ ਬਹੁਤ ਚੰਗੇ ਸਾਥੀ ਬੜੇ ਮਿੱਠ ਬੋਲੜੇ ਸੁਭਾਅ ਆਦਮੀ ਸਮੇਂ ਨਾਲ ਚਲੇ ਜਾਂਦਾ ਅੰਤਿਮ ਰਸਮਾਂ ਵੀ ਹੋ ਗਈਆਂ ਪਰ ਯਾਦਾਂ ਜਿਹੜੀਆਂ ਉਹਨਾਂ ਦੀਆਂ ਸਾਡੇ ਨਾਲ ਜੁੜੀਆਂ ਜਾਂ ਜਿਹੜੀ ਪਬਲਿਕ ਦੇ ਨਾਲ ਜੁੜੀਆਂ ਉਹ ਹਮੇਸ਼ਾ ਹੀ ਯਾਦ ਰਹਿਣਗੀਆਂ ਔਰ ਬੜੇ ਵਧੀਆ ਇਨਸਾਨ ਸੀ ਅੱਜ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਕਿ ਉਹ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਪਰਿਵਾਰ ਨੂੰ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਬਾਕੀ ਹਰ ਤਰ੍ਹਾਂ ਦੇ ਲੋਕ ਇੱਥੇ ਆਏ ਨੇ ਰਾਜਨੀਤਿਕ ਗੈਰ ਰਾਜਨੀਤਿਕ ਉਹਨਾਂ ਦੇ ਇਲਾਕੇ ਦੇ ਉਹਨਾਂ ਦੇ ਹਲਕੇ ਦੇ ਲੋਕ ਨਾਮੀ ਪਤਵੰਤੇ ਸੱਜਣ ਇਸ ਚੀਜ਼ ਦੀ ਗਵਾਹੀ ਭਰਦੇ ਨੇ ਕਿ ਇਹਨਾਂ ਦੇ ਪਰਿਵਾਰ ਦਾ ਜਿਸ ਤਰ੍ਹਾਂ ਦਾ ਪਿਆਰ ਸੀ ਉਹ ਇੱਕ ਅਲੱਗ ਹੀ ਸ਼ਖਸੀਅਤ ਸਨ ਸੋ ਪਰਮਾਤਮਾ ਮਿਹਰ ਰੱਖੇ ਮੇਰਾ ਖਿਆਲ ਦੇਖੋ ਉਹ ਇੱਕ ਲਹਿਦਾ ਗੱਲ ਹੈ ਉਹ ਤਾਂ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਂ ਬਦਲੇ ਜਾ ਰਹੇ ਆ ਹਰ ਕਲੀਨਿਕ ਦੇ ਉੱਤੇ ਆਮ ਆਦਮੀ ਕਲੀਨਿਕ ਲਿਖਿਆ ਜਾ ਰਿਹਾ ਪਿੰਡਾਂ ਦੇ ਨਾਂ 'ਤੇ ਕਲੀਨਿਕ ਸੀ ਕਸਬਿਆਂ ਦੇ ਨਾਂ 'ਤੇ ਕਲੀਨਿਕ ਸੀ ਪੰਜਾਂ ਪਿਆਰਿਆਂ ਦੇ ਨਾਂ ਦੇ ਉੱਤੇ ਕਲੀਨਿਕ ਸੀ ਪਰ ਵਿਰੋਧ ਦੇਖੋ ਅੱਜ ਤੁਸੀਂ ਜਲੰਧਰ ਦਾ ਨਾਂ ਲਿਖ ਕੇ ਆਮ ਆਦਮੀ ਜਲੰਧਰ ਸ਼ਹਿਰ ਰੱਖ ਦੋਗੇ ਤਾਂ ਗਲਤ ਨਹੀਂ ਨਾ ਬਣਦੀ ਇਹ ਇੱਕ ਇਤਿਹਾਸ ਹੁੰਦਾ ਹੈ ਇਤਿਹਾਸ ਨਹੀਂ ਮਿਟਾਉਣਾ ਚਾਹੀਦਾ ਔਰ ਅੱਜ ਇਹਨਾਂ ਆਮ ਆਦਮੀ ਕਲੀਨਿਕ ਲਿਖਤਾ ਕੱਲ੍ਹ ਨੂੰ ਕਾਂਗਰਸ ਆਏਗੀ ਕਾਂਗਰਸ ਕਲੀਨਿਕ ਹੋ ਜਾਣਗੇ ਅੱਗੇ ਕੋਈ ਬੀ ਹੋਰ ਪਾਰਟੀ ਹੋਊ ਉਹਦਾ ਕਲੀਨਿਕ ਹੋ ਜਾਏਗਾ ਇਹ ਤਾਂ ਕਸਬਿਆਂ ਦੇ ਲੋਕਾਂ ਦੇ ਨਾਵਾਂ ਨਾਲ ਜਾਣੇ ਜਾਂਦੇ ਹੁੰਦੇ ਆ ਔਰ ਇਹ ਬਹੁਤ ਮੰਦਭਾਗਾ ਆ ਜਿਸ ਤਰ੍ਹਾਂ ਮੋਦੀ ਸਾਹਿਬ ਇਸ ਦੇਸ਼ 'ਚੋਂ ਇਤਿਹਾਸ ਮਿਟਾ ਰਹੇ ਨੇ ਸੜਕਾਂ ਦੇ ਨਾਂ ਬਦਲ ਕੇ ਸ਼ਹਿਰਾਂ ਦੇ ਨਾਂ ਬਦਲ ਕੇ ਉਸੇ ਹੀ ਤਰਜ਼ ਦੇ ਉੱਤੇ ਇਹ ਪਾਰਟੀ ਮਤਲਬ ਅਸੀਂ ਮੈਂ ਤਾਂ ਹਮੇਸ਼ਾ ਕਿਹਾ ਕਿ ਪੀ ਟੀ ਮੈਂ ਉਹਨਾਂ ਦੀ ਉਹਨਾਂ ਮੁਤਾਬਕ ਹੀ ਚੱਲ ਰਹੀ ਹੈ ਇਹ ਵੀ ਇਤਿਹਾਸ ਮਿਟਾ ਰਹੇ ਨੇ ਦੇਸ਼ ਦਾ ਦੇਖੋ ਉਹ ਤਾਂ ਰਾਜਨੀਤਿਕ ਰੋਜ਼ ਦਾ ਉਹਨਾਂ ਨੇ ਕੁਛ ਨਾ ਕੁਛ ਕਰਨਾ ਹੁੰਦਾ ਕਰ ਲਈ ਹੋਣੀ ਕੋਈ ਹੋਰ ਕੁਛ ਵੀ ਕਰਨ ਬਟ ਜਿਹੜਾ ਆਮ ਆਦਮੀ ਪਾਰਟੀ ਨੇ ਕਲੀਨਿਕ ਵਾਲਾ ਨਾ ਇਹ ਮੈਂ ਤੁਹਾਡੇ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਦੁਬਾਰਾ ਸੋਚਿਓ ਇਤਿਹਾਸ ਨਾ ਛੇੜਛਾੜ ਹੈ ਕਿਉਂਕਿ ਇਹ ਚੀਜ਼ਾਂ ਦੇਖੋ ਤੁਸੀਂ ਰੈਨੋਵੇਸ਼ਨ ਕੀਤੀਆਂ ਨੇ ਕੋਈ ਨਵਾਂ ਡਾਕਟਰ ਨਹੀਂ ਭਰਤੀ ਕੀਤਾ ਕੋਈ ਨਵੀਂ ਬਿਲਡਿੰਗ ਨਹੀਂ ਬਣਾਈ ਅਤੇ ਰੈਨੋਵੇਟਡ ਬਾਈ ਪੰਜਾਬ ਗੌਰਮੈਂਟ ਕਹਿ ਸਕਦੇ ਜੇ ਤੂੰ ਆਪਣੀ ਪਾਰਟੀ ਦਾ ਲਿਖ ਸਕਦੇ ਜੇ ਹੋਰਡਿੰਗ ਲਾ ਦੇ ਪਰ ਨਾ ਬਦਲੋ ਨਾ ਬਦਲਣਾ ਸਭ ਤੋਂ ਮਾੜੀ ਗੱਲ ਦੇਖੋ ਇਹ ਗੱਲਾਂ ਹਾਈ ਕਮਾਂਡ ਨੇ ਡਿਸਾਈਡ ਕਰਨੀ ਔਰ ਉਹਨਾਂ ਤੋਂ ਬਾਅਦ ਹੋ ਕੌਣ ਸਕਦਾ ਕਿ ਚੌਧਰੀ ਪਰਿਵਾਰ ਜਿਹੜਾ ਹੈ ਇਹਨਾਂ ਦਾ ਸਾਂਝ ਹੈ ਔਰ ਬੜੀ ਪਿਆਰ ਕਰਨ ਵਾਲੇ ਲੋਕ ਨੇ ਦੇਖੋ ਇਹ ਤਾਂ ਮੰਗਣ ਵਾਲਾ ਕੰਮ ਉਹਨਾਂ ਉਦਣ ਹੀ ਸ਼ੁਰੂ ਕਰਤਾ ਜਦੋਂ ਹੋਮ ਮਿਨਿਸਟਰ ਕੋਲ ਗਏ ਸੋ ਦੇਖੋ ਹੁਣ ਅੱਗੇ ਅੱਗੇ ਹੋਰ ਕਿੱਥੇ ਕਿੱਥੇ ਮੰਗਣ ਜਾਂਦੇ ਆ ਦੇਖੋ ਸਮਾਂ ਦੱਸੇਗਾ ਦੇਖੋ ਬੜੀ ਮਾੜੀ ਗੱਲ ਹੋਈ ਆ ਔਰ ਚੰਗੇ ਇਨਸਾਨ ਦਾ ਖਾਸ ਕਰਕੇ ਪੋਲੀਟਿਕਸ ਦੇ ਵਿੱਚੋਂ ਚਲੇ ਜਾਣਾ ਬਹੁਤ ਵੱਡਾ ਘਾਟਾ ਔਰ ਪਰਿਵਾਰ ਨੂੰ ਵੀ ਹੈ ਸਮਾਜ ਨੂੰ ਵੀ ਹੈ ਸੋ ਸਾਰਿਆਂ ਨੇ ਅਰਦਾਸ ਬੇਨਤੀ ਕੀਤੀ ਉਸ ਪਰਮਾਤਮਾ ਦੇ ਚਰਨਾਂ 'ਚ ਵੀ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ ਦੇਖੋ ਇਹ ਨਾਂ ਹੀ ਬਦਲਦੇ ਆ ਹੋਰ ਤਾਂ ਕੁਛ ਬਦਲਦੇ ਨੇ ਦੋ ਲੀਟਰ ਉਹ ਲੈ ਕੇ ਨਾ ਪੇਂਟ ਇੰਨਾ ਹੀ ਕੰਮ ਆ ਨਾ ਕੋਈ ਨਵੀਂ ਭਰਤੀ ਆ ਨਾ ਕੋਈ ਕੁਛ ਹੈ ਈਵਨ ਸਾਡੇ ਵੀ ਇੱਥੇ ਗੜੇ ਇੱਦਾਂ ਦੇ ਕੰਮ ਕਰਨਗੇ ਮੈਂ ਕਹਿੰਦਾ ਸੁਵਿਧਾਵਾਂ ਘੱਟ ਹੈ ਉਸ ਸੁਵਿਧਾਵਾਂ ਨੂੰ ਇੰਪਰੂਵ ਕਰੋ ਨਾ ਕਿ ਸਿਰਫ ਨਾਂ ਬਦਲ ਕੇ ਇੱਦਾਂ ਦੀ ਰਾਜਨੀਤੀ ਕਰੋ ਜਿਹਦਾ ਕੋਈ ਪੰਜਾਬ ਦੇ ਵਿੱਚ ਦੇਖੋ ਇਹ ਪੰਜਾਬੀ ਨਾ ਹਰ ਚੀਜ਼ ਨੂੰ ਸਮਝਦਾ ਆ ਹਰ ਚੀਜ਼ ਨੂੰ ਦੇਖਦਾ ਇੱਕ ਵਾਰੀ ਧੋਖਾ ਖਾ ਜਾਂਦੇ ਹੁੰਦੇ ਆ ਕਈ ਵਾਰੀ ਸੋਸ਼ਲ ਮੀਡੀਆ ਤੋਂ ਆਲੇ ਦੁਆਲੇ ਪਰ ਮੈਨੂੰ ਲੱਗਦਾ ਆਉਣ ਵਾਲਾ ਸਮਾਂ ਇੱਦਾਂ ਨਹੀਂ ਚੱਲਣਾ
8 हज़ार छोटे तो व्डे इंस्टीट्यूशन है पंजाब दे विच। पंजाब एक वैल स्ट्रक्चर्ड स्टेट हैगी कोई शक वाली गल नहीं भी ये सुविधा इंप्रूव करने की जरूरत हैगी। मैं कहना सुविधा इंप्रूव करो फिर तुसी नाम ही रख लो, पर सिर्फ नाम बदलने नाल कुछ नहीं होना, सुविधावां लोगों को इंप्रूव करने की जरूरत है। नहीं देखो लॉ एंड ऑर्डर तो है ही काफ़ी खराब होया है। सो ये एक्चुअली असली गल है, ये सिर्फ तो सिर्फ एडवरटाइजमेंट वाली सरकार, क्योंकि एडवरटाइजमेंट करो क्योंकि साडे सैकटरी एक हेल्थ सैकटरी वो 10 करोड़ रुपया इन्हां ते लाया, 30 करोड़ की पबलिसिटी करना चाहते सी, उन्हें रिफ्यूज़ कर दिता ते उन्हां नूं इन्नी साइड लाइन करता। गल तो इन्नी है NRIs ने जिहड़ा पहला इलैक्शन 2017 की भेजा सी नहीं हिसाब देता। NRI तो इन्हां नूं टुट टुट पैंदे आ, वो कहिंदे जिहड़ा पहले वाला भेजा वह देता इन्हां ने। चौधरी साहब दे बहुत ही वड्डा लॉस निरी साड़ी पार्टी नूं ही नहीं समूह पंजाब नूं होया, बिकॉज बहुत ही वैल मीनिंग लीडर सन। इन्हां जनरेशनज़ दे विच इस किस्म दे लीडर बहुत घट मिलते हैं, तो बहुत वड्डा इन्हां दा लॉस होया। असीं अज एक मैसेज इत्थों कन्वे कीता सारे काडर, क्योंकि सारा काडर ये चाहता सी कि जिहड़ा अनफिनिश टास्क चौधरी संतोख सिंह जी छड़ के गए ने उन्हूं असी मुकम्मल करवाने। सो समूह पार्टी जिहड़ी हाई कमांड है वह स्टैंड करती है चौधरी परिवार के नाल, तो यही संकेत असी उन्हां नूं दित्ता कि जो नुकसान हो चुका है ये गुरु का भाणा मन के आपां नूं मनना पएगा, तो तगड़े हो के अपनियां जिम्मेवारियां जिस तरह चौधरी संतोख सिंह जी निभांदे ने, हुण सरदारनी करमजीत कौर चौधरी जिहड़े ने वह अपनी जिम्मेवारी निभाण, तो अपने लोगों के नाल तगड़े हो गए पार्टी। मैं टिकट का तो अज असी अंतम अरदास भोगते आए हैं, ये टाइम है नहीं टिकटों का, बट संकेत पार्टी हाईकमांड का है कि वी स्टैंड बाय दिस फैमिली। संकेत ही बड़ा सियाने बंदे वास्ते संकेत ही बड़ा होंगे, जिन्होंने समझ ना आए वो वास्ते तो व्डे तो व्डा संकेत भी समझ तो बहर हो जाता। 10 करोड़ रुपया पिछले साल के 10 करोड़ रुपया इन्होंने आ जिहड़े मोहल्ला क्लीनिक्स ने लगाया, 30 करोड़ रुपया ये इन्होंने पैसे मंगे सी पबलिसिटी वास्ते। हुण 10 करोड़ ऑन ग्राउंड लग्या, 30 करोड़ लोगों के जेब के पैसे कढ के उत्थे लग रहे, दवाई कितने अवेलेबल नहीं, डॉक्टर्स कितने अवेलेबल नहीं, ड्रामा किया जा रहा, पुराने सुविधा सेंटर जिहड़े उन्होंने 5-5, 7-7 लीटर पेंट ला के, तो जिथे गवर्नमेंट ऑफ पंजाब लिखिया थी उसकी जगह भगवंत मान की फोटो लगा दी गई है। तो ये गल है कि ऑन ग्राउंड तो कुछ नहीं हो रहा, लोगों का बेवकूफ़ बना के एक परसैप्शन क्रिएट करने की कोशिश की जा रही है। इस गल कारण ही तो कोई पंजाब की यहोजी सड़क नहीं जिथे अज प्रदर्शनकारी नहीं बैठे, कितने किसान बैठा, कितने मजदूर बैठा, कितने औरतां बैठिया ने, ना लॉ एंड ऑर्डर ना किसी की जिंदगी महफूज है, तो हाल तो बहुत माड़ा है। थोड़ी चीफ मिनिस्टर साहब ना मैंने जाना देखिए, चौधरी संतोख सिंह जी की अंतिम अरदास थी, मैं राहुल गांधी जी का और सोनिया गांधी जी का मैं उनके लिए संदेश लेकर आया। उनका गांधी परिवार के साथ एक अपना रिश्ता था, 100 साल से ये राजनीति परिवार राजनीति करता आया है, ईमानदारी से राजनीति करते हुए आज उनकी तीसरी जनरेशन में विक्रम चौधरी जी विधायक बने। ये जीवन है और एक सत्य है, जो इस जीवन में आया है उसे एक दिन जाना है। 76 साल की उम्र में अभी और लंबा जीवन जी सकते थे, वो हम सबको छोड़कर चले गए। मेरा उनसे बड़ा छोटे
थोड़े समय के लिए एक चुनावी रैली में मैं रात को उनके एक बैठक कर रहा था। उस समय चौधरी संतोख सिंह जी ने मुझसे कहा कि मेरी एक आशा है कि मेरा बेटा विक्रम चौधरी MLA बन जाए। और जिस दिन विक्रम चौधरी जी का रिजल्ट निकला है, पंजाब में कांग्रेस हार गई लेकिन विक्रम चौधरी जी MLA बन गए। वो उनका एक सपना था, वो खुद भी MP थे लेकिन आज हमारे बीच में नहीं रहे, और हमारी उनको भावभीनी श्रद्धांजलि यही होगी। ये हमारी उनको भावभीनी श्रद्धांजलि यही होगी कि वो इस दुख को सहन करने की शक्ति प्रदान करे। धन्यवाद। अभी शोक का समय।